ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਰਾਵੀ ਸਿੰਘ, ਅੱਜ ਇੱਕ ਵਾਰੀ ਫਿਰ SWICS ਪ੍ਰਾਈਵੇਟ ਲਿਮਿਟਡ ਮੋਹਾਲੀ ਤੋਂ। ਅੱਜ ਦਾ ਟੋਪਿਕ ਰਹੇਗਾ ਵਿਜ਼ਿਟਰ ਵੀਜ਼ਾ। ਅੱਜ ਅਸੀਂ ਸਰ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਅਬਾਊਟ ਵਿਜ਼ਿਟਰ ਵੀਜ਼ਾ, ਕੀ ਚਾਂਸਿਸ ਵਿਜ਼ਿਟਰ ਵੀਜ਼ਾ ਦੀ, ਵਿਜ਼ਿਟਰ ਵੀਜ਼ਾ ਨੂੰ ਅਪਲਾਈ ਕਰਨ ਵਾਸਤੇ ਕੀ ਕੈਟੇਗਰੀਜ਼ ਹੈ ਅਤੇ ਕੀ ਪੋਸੀਬਿਲਿਟੀਜ਼ ਹੁੰਦੀਆਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਅੱਜ ਆਪਾਂ ਗੱਲ ਕਰਨ ਜਾ ਰਹੇ ਵਿਜ਼ਿਟਰ ਵੀਜ਼ਾ 'ਤੇ। ਬਹੁਤ ਸਾਰੀ ਐਡਵਰਟੀਜ਼ਮੈਂਟ ਦੇਖਦੇ ਹਾਂ ਨਿਊਜ਼ ਪੇਪਰ 'ਚ, ਅਟਰੈਕਟਿਵ ਐਡਵਰਟੀਜ਼ਮੈਂਟ, 10,000 'ਚ ਕੈਨੇਡਾ ਡੇ, ਕੈਨੇਡਾ ਵੀਜ਼ਾ, USA ਦਾ ਵੀਜ਼ਾ, ਆਸਟ੍ਰੇਲੀਆ ਦਾ ਵੀਜ਼ਾ, ਜਦਕਿ ਜਿੰਨੀ ਐਪਲੀਕੇਸ਼ਨਸ ਅਪਲਾਈ ਹੁੰਦੀਆਂ ਨੇ ਮੋਸਟ ਆਫ ਦ ਐਪਲੀਕੇਸ਼ਨਸ ਰਿਫਿਊਜ਼ ਹੋ ਜਾਂਦੇ ਆ। ਮੈਂ ਅੱਜ ਤੁਹਾਡਾ ਟਾਈਮ ਲੈਣਾ ਚਾਹੁੰਦੀ ਹਾਂ ਸਰ, ਸਾਨੂੰ ਦੱਸੋ ਕਿ ਕਿਸ ਤਰ੍ਹਾਂ ਦਾ ਵਿਜ਼ਿਟਰ ਵੀਜ਼ਾ ਅਪਲਾਈ ਹੁੰਦਾ, ਐਕਚੁਅਲ ਦੇ ਵਿੱਚ ਕਿਹੜੀਆਂ ਕੈਟੇਗਰੀਜ਼ ਹੈ ਜੋ ਵਿਜ਼ਿਟਰ ਵੀਜ਼ਾ ਵਾਸਤੇ ਐਲੀਜੀਬਲ ਹੈ, ਕੀ ਏਜ ਕ੍ਰਾਈਟੇਰੀਆਜ਼ ਰਹਿੰਦੇ ਨੇ, ਕੀ ਆਕੂਪੇਸ਼ਨਸ ਹੋਣੇ ਚਾਹੀਦੇ ਹੈ। ਦੇਖੋ ਜੀ, ਇਹ ਵਿਜ਼ਿਟਰ ਵੀਜ਼ਾ ਇੱਕ ਬੜੀ ਵਾਸ ਕੈਟਾਗਰੀ ਹੈਗੀ ਆਪਣੇ ਆਪ 'ਚ। ਰਾਈਟ, ਜੇ ਤੁਸੀਂ ਐਡਵਰਟੀਜ਼ਮੈਂਟ 'ਤੇ ਜਾਓ ਕਿ ਉਸ 'ਤੇ ਦੇਖਿਆ ਜਾਂਦਾ, ਮੈਂ ਵੀ ਦੇਖਦਾ ਹਾਂ ਕਿ ਬੜੀ ਐਡ ਆਉਂਦੀ ਕਿ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਕੈਲੀਫੋਰਨੀਆ ਦੇ ਵਿੱਚ, ਨਿਊਯਾਰਕ ਦੇ ਵਿੱਚ, ਕ੍ਰਿਸਮਸ ਤੁਸੀਂ ਮਨਾਓ ਜੀ ਕੈਨੇਡਾ ਦੇ ਵਿੱਚ ਮਨਾਓ ਜਾਂ ਆਸਟ੍ਰੇਲੀਆ ਦੇ ਵਿੱਚ ਮਨਾਓ, ਉਹ ਇੱਕ ਭਰਮਾਉਣੇ ਇਸ਼ਤਿਹਾਰ ਹੈਗੇ ਆ। ਜੇ ਤੁਸੀਂ ਵਿਜ਼ਿਟਰ ਵੀਜ਼ੇ ਨੂੰ ਡੀਪਲੀ ਦੇਖੋ ਤਾਂ ਵਿਜ਼ਿਟਰ ਵੀਜ਼ਾ ਬੜੀ ਅਲੱਗ ਅਲੱਗ ਕੈਟੇਗਰੀ ਹੈ। ਹੁਣ ਤੁਸੀਂ ਬਿਜ਼ਨਸ ਵਿਜ਼ਿਟਰ ਹੋ, ਤੁਸੀਂ ਫੈਮਿਲੀ ਵਿਜ਼ਿਟਰ ਹੋ, ਤੁਸੀਂ ਜਨਰਲ ਵਿਜ਼ਿਟਰ ਹੋ, ਤੁਸੀਂ ਸਟੂਡੈਂਟ ਵਿਜ਼ਿਟਰ ਹੋ, ਤੁਸੀਂ ਸਪੋਰਟਸ ਵਿਜ਼ਿਟਰ ਹੋ, ਤੁਸੀਂ ਮੈਡੀਕਲ ਵਿਜ਼ਿਟ 'ਤੇ ਜਾ ਰਹੇ ਹੋ, ਹਰ ਇੱਕ ਕੈਟਾਗਰੀ ਦੇ ਵਿੱਚ ਇੱਕ ਅਲੱਗ ਕੈਟਾਗਰੀ ਹੈਗੀ ਆ। ਜੇ ਤੁਸੀਂ ਉਸ ਡੈਫੀਨੇਸ਼ਨ ਨੂੰ ਕੰਪਲਾਈ ਕਰਦੇ ਹੋ ਤਾਂ ਤੁਹਾਨੂੰ ਵੀਜ਼ਾ ਮਿਲਣਾ। ਹੁਣ ਜੇ ਅਸੀਂ ਦੇਖੀਏ ਕਿ ਜਿਸ ਬੰਦੇ ਨੇ ਹਜੇ ਤੱਕ ਪੂਰਾ ਪੰਜਾਬ ਹੀ ਨਹੀਂ ਦੇਖਿਆ ਅਤੇ ਉਹ ਜਾ ਕੇ ਕੈਲੀਫੋਰਨੀਆ ਕਹਿੰਦਾ ਜੀ ਮੈਂ ਛੁੱਟੀਆਂ ਮਨਾਉਣ ਚੱਲਿਆ ਉੱਥੇ ਹੀ, ਅਤੇ ਉਹਨਾਂ ਨੇ ਡੈਫੀਨੇਟਲੀ ਰਿਫਿਊਜ਼ ਹੀ ਕਰਨਾ, ਜਾਂ ਤੁਹਾਡਾ ਬੈਂਕ ਅਕਾਊਂਟ ਕੱਲ੍ਹ ਦਾ ਖੁੱਲਿਆ ਹੋਇਆ, ਫਟਾਫਟ ਪੈਸੇ ਪਾ ਦੇ। ਮੇਰੇ ਕੋਲ ਵੀ ਬੜੇ ਕਲਾਇੰਟ ਆਉਂਦੇ ਆ, ਕਹਿੰਦੇ ਤੁਸੀਂ ਸਾਨੂੰ ਦੱਸੋ ਹੁਣੇ ਪੈਸਾ ਪਵਾ ਦਿੰਦੇ ਅਸੀਂ ਤਾਂ ਸਾਡਾ ਵੀਜ਼ਾ ਕੱਲ੍ਹ ਦਾ ਮਹੀਨੇ 'ਚ ਲਵਾ ਦਿਓ, 15 ਦਿਨ 'ਚ ਲਵਾ ਦਿਓ। ਇਹ ਇੱਕ ਟਰੂ ਸਟੋਰੀ ਨਹੀਂ ਆ। ਹੁਣ ਜੇ ਤੁਸੀਂ ਡਿਫਰੈਂਟ ਡਿਫਰੈਂਟ ਗੱਲ 'ਤੇ ਮੈਂ ਗੱਲ ਕਰਾਂ ਤੁਹਾਡੇ ਨਾਲ ਇਹਦੇ 'ਚ ਵੀਜ਼ਾ ਟਾਈਪਸ ਦੇ ਵਿੱਚ, ਅਤੇ ਪਹਿਲਾਂ ਅਸੀਂ ਗੱਲ ਕਰਦੇ ਹਾਂ ਫੈਮਿਲੀ ਵਿਜ਼ਿਟਰ ਦੀ। ਫੈਮਿਲੀ ਵਿਜ਼ਿਟਰ ਦੇ ਵਿੱਚ ਡੈਫੀਨੇਟਲੀ ਜੇ ਤੁਹਾਨੂੰ ਕੋਈ ਉੱਥੇ ਤੁਹਾਡੀ ਫੈਮਿਲੀ ਦੀ ਸਪੋਂਸਰਸ਼ਿਪ ਹੈਗੀ ਹੈ, ਤੁਸੀਂ ਕੋਈ ਫੰਕਸ਼ਨ ਅਟੈਂਡ ਕਰਨ ਜਾ ਰਹੇ ਹੋ ਜਿੱਥੇ ਤੁਹਾਡੀ ਇੰਪੋਰਟੈਂਸ ਹੈ ਤੁਹਾਡਾ ਜਾਣਾ, ਤਾਂ ਉਸਨੂੰ ਫੈਮਿਲੀ ਵਿਜ਼ਿਟਰਸ 'ਚ ਲੈ ਕੇ ਚੱਲਦੇ ਆ। ਉਹ ਤੁਹਾਨੂੰ ਜਸਟੀਫਾਈ ਕਰਾਉਣਾ ਪੈਂਦਾ, ਫੈਮਿਲੀ ਰਿਲੇਸ਼ਨਸ ਜਸਟੀਫਾਈ ਕਰਾਉਣੇ ਪੈਂਦੇ, ਸਭ ਕੁਝ ਉਹਦੇ 'ਚ ਕਰਨਾ ਪੈਂਦਾ। ਸਰ, ਇੱਕ ਕੁਐਸਚਨ ਹੈ ਕਿ ਟ੍ਰੈਵਲ ਹਿਸਟਰੀ ਕਿੰਨੀ ਕੁ ਮਾਇਨੇ ਰੱਖਦੀ ਹੈ ਵਿਜ਼ਿਟਰ ਵੀਜ਼ਾ ਲੈਣ ਲਈ? ਦੇਖੋ, ਉਹੀ ਮੈਂ ਤੁਹਾਨੂੰ ਗੱਲ ਦੱਸਦਾ। ਹੁਣ ਟ੍ਰੈਵਲ ਹਿਸਟਰੀ ਜੇ ਤੁਸੀਂ ਜਨਰਲ ਵਿਜ਼ਿਟਰ ਜਾ ਰਹੇ ਹੋ ਤਾਂ ਡੈਫੀਨੇਟਲੀ ਤੁਹਾਡੀ ਟ੍ਰੈਵਲ ਹਿਸਟਰੀ ਜ਼ਰੂਰਤ ਹੈਗੀ ਆ। ਬਟ ਜੇ ਤੁਸੀਂ ਸਪੋਰਟਸ ਵਿਜ਼ਿਟਰ ਹੋ ਜਾਂ ਸਟੂਡੈਂਟ ਵਿਜ਼ਿਟਰ ਹੋ ਜਾਂ ਤੁਸੀਂ ਬਿਜ਼ਨਸ ਵਿਜ਼ਿਟਰ ਹੋ ਤਾਂ ਉਹਦੀ ਨਹੀਂ ਟ੍ਰੈਵਲ ਹਿਸਟਰੀ ਮੈਨੇ ਰੱਖ ਦੇਗੀ। ਕੀ ਕੋਈ ਏਜ ਵੀ ਮੈਟਰ ਕਰਦੀ ਹੈ ਸਾਨੂੰ ਵਿਜ਼ਿਟਰ ਵੀਜ਼ਾ ਅਪਲਾਈ ਕਰਨ ਲਈ? ਹੋਰ ਉਹਦੇ 'ਚ ਵੀ ਡੈਫੀਨੇਟਲੀ ਉਹ ਚੀਜ਼ ਆ ਜਾਂਦੀ ਹੈ। ਜੇ ਹੁਣ ਤੁਸੀਂ ਕੋਈ ਸਟੂਡੈਂਟ ਵਿਜ਼ਿਟਰ ਹੋ ਤਾਂ ਏਜ ਯੰਗ ਵਾਲਾ ਜਾ ਰਿਹਾ, ਜੇ ਬਿਜ਼ਨਸ ਵਿਜ਼ਿਟਰ ਹੋ ਤਾਂ ਡੈਫੀਨੇਟਲੀ ਤੁਹਾਡੀ ਏਜ ਜ਼ਿਆਦਾ ਹੁੰਦੀ ਹੈ। ਜੇ ਤੁਸੀਂ ਫੈਮਿਲੀ ਵਿਜ਼ਿਟਰ ਹੋ ਤਾਂ ਕੋਈ ਪ੍ਰੋਬਲਮ ਨਹੀਂ, ਜਿਸ ਤਰ੍ਹਾਂ ਜੋ ਮਰਜ਼ੀ ਬੰਦਾ ਜ਼ਿਆਦਾ ਦਾ। ਹੁਣ ਕੋਈ ਮੈਡੀਕਲ ਵਿਜ਼ਿਟਰ ਹੈ ਤਾਂ ਜੇ ਮੈਡੀਕਲ ਵਿਜ਼ਿਟਰ ਤਾਂ ਉਹੀ ਜਾਏਗਾ ਨਾ, ਜੇ ਕੋਈ ਉੱਥੇ ਪੇਸ਼ੈਂਟ ਟ੍ਰੀਟਮੈਂਟ ਕਰਾਉਣ ਜਾ ਰਿਹਾ ਤਾਂ ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਇਹ ਪ੍ਰੂਵ ਕਰਨਾ ਪੈਣਾ ਕਿ ਮੈਂ ਇੱਕ ਪੇਸ਼ੈਂਟ ਹੈ ਅਤੇ ਫਲਾਣੇ ਫਲਾਣੇ ਇਸ ਹੋਸਪਿਟਲ 'ਚ ਮੈਂ ਉੱਥੇ ਟ੍ਰੀਟਮੈਂਟ ਕਰਾਉਣ ਜਾ ਰਿਹਾ, ਠੀਕ ਹੈ। ਸਪੋਰਟਸ ਵਿਜ਼ਿਟਰ ਹੈ ਜਿਹੜਾ, ਉਹ ਦੱਸੇਗਾ ਕਿ ਮੈਂ ਸਪੋਰਟਸਮੈਨ ਹੈਗਾ ਅਤੇ ਮੈਂ ਇਸ ਪਰਟੀਕੁਲਰ ਗੇਮ ਲਈ ਉੱਥੇ ਖੇਡਣ ਜਾ ਰਿਹਾ, ਉੱਥੇ ਜਿਹੜੀ ਆਰਗੇਨਾਈਜ਼ ਹੋ ਰਹੀ ਆ, ਉਹ ਚੀਜ਼ਾਂ ਉਹਨੂੰ ਜਸਟੀਫਾਈ ਕਰਾਉਣਾ ਜ਼ਰੂਰੀ ਆ। ਸਰ, ਕੁਝ ਏਜੰਟਸ ਕਹਿੰਦੇ ਆ ਕਿ ਵਿਜ਼ਿਟਰ ਵੀਜ਼ਾ ਕਨਵਰਟ ਹੋ ਜਾਂਦੇ ਵਰਕ ਪਰਮਿਟਸ ਜਾਂ ਪੀਆਰ 'ਚ, ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ? ਦੇਖੋ, ਪਹਿਲਾਂ ਤਾਂ ਇਹ ਫਰਦਰ ਦੀਆਂ ਗੱਲਾਂ ਹੈਗੀਆਂ ਲਈ ਵਰਕ ਪਰਮਿਟ 'ਚ ਕਨਵਰਟ ਹੋ ਜਾਂਦੇ ਕਿ ਨਹੀਂ ਹੋ ਜਾਂਦੇ। ਅੱਜ ਆਪਾਂ ਗੱਲ ਕਰ ਰਹੇ ਹਾਂ ਵਿਜ਼ਿਟਰ ਵੀਜ਼ਾ ਦੇ ਉੱਪਰ ਹੀ। ਪਹਿਲਾਂ ਤਾਂ ਵਿਜ਼ਿਟਰ ਵੀਜ਼ਾ ਲੈਣਾ ਕਿਸ ਤਰੀਕੇ ਨਾਲ ਆ, ਜਿਹੜੀਆਂ ਇੰਨੇ ਐਡਵਰਟੀਜ਼ਮੈਂਟਸ ਆ ਰਹੀਆਂ, ਇਸ਼ਤਿਹਾਰ ਆ ਰਹੇ ਆ, ਉਹ ਡੈਫੀਨੇਟਲੀ ਇੱਕ ਉਹਨਾਂ ਨੂੰ ਇੱਕ ਲੁਭਾਵਣਾ, ਇੱਕ ਹੋਰ ਲੋਲੀਪੋਪ ਹੈ ਜਿਸਨੂੰ ਤੁਸੀਂ ਕਹਿ ਸਕਦੇ ਹੋ, ਦੇ ਰਹੇ ਏਜੰਟਸ ਕਿ ਲੈ ਵੀ ਅੱਗੇ ਜਾ ਕੇ ਤੂੰ ਵਰਕ ਪਰਮਿਟ 'ਚ ਕਰਾ ਲਏਗਾ, ਪੀ ਆਰ 'ਚ ਕਰਾ ਲਏਗਾ, ਉਹ ਇੱਕ ਉਹਨਾਂ ਨੂੰ ਪਾਥਵੇ ਦੱਸਦੇ ਲੈ ਵੀ ਤੁਸੀਂ ਮਾਈਗ੍ਰੇਸ਼ਨ ਨੂੰ ਕਿਵੇਂ ਤੁਸੀਂ ਯੂਟੀਲਾਈਜ਼ ਕਰਨਾ। ਬਟ ਪਹਿਲੇ ਤਾਂ ਇਹ ਡਿਪੈਂਡ ਕਰਦਾ ਕਿ ਤੁਸੀਂ ਵਿਜ਼ਿਟਰ ਵੀਜ਼ਾ ਲੈਣਾ ਕਿਵੇਂ ਆ। ਹੁਣ ਜੇ ਤੁਸੀਂ USA ਅੰਬੈਸੀ ਚਲੇ ਜਾਓ ਜਾਂ ਕੈਨੇਡਾ ਅੰਬੈਸੀ ਚਲੇ ਜਾਓ ਤਾਂ 5% ਸਕਸੈਸ ਰੇਸ਼ੋ ਆ। ਹੁਣ ਜੇ 95% ਆਪਦਾ ਪਾਸਪੋਰਟ ਡੈਮੇਜ ਹੀ ਕਰ ਰਹੇ ਆ, ਸਭ ਤੋਂ ਵੱਡੀ ਪ੍ਰੋਬਲਮ ਮੇਰੇ ਕੋਲ ਇਹ ਆਉਂਦੀ ਹੈ ਕਿ ਜਦੋਂ ਬੰਦਾ ਪ੍ਰੋਫਾਈਲ ਲੈ ਕੇ ਆਉਂਦਾ ਉਹਦੀ ਪ੍ਰੋਫਾਈਲ ਡੈਮੇਜ ਹੁੰਦੀ ਹੈ। ਕਈ ਵਾਰੀ ਬੰਦਾ ਵੈਸੇ ਹੀ PR ਲਈ ਕੁਆਲੀਫਾਈ ਕਰ ਰਿਹਾ ਹੁੰਦਾ ਜਾਂ ਸਟੂਡੈਂਟ ਵੀਜ਼ਾ ਲਈ ਕੁਆਲੀਫਾਈ ਕਰ ਰਿਹਾ ਹੁੰਦਾ ਜਾਂ ਉਹ ਕਿਸੇ ਹੋਰ ਕੈਟਾਗਰੀ 'ਚ, ਬਟ ਜਦੋਂ ਉਹਨਾਂ ਨੇ ਇੱਕ ਸਭ ਬੰਦੇ ਇੱਕੋ ਹੀ ਤਰੀਕੇ ਨਾਲ ਫਾਈਲ ਆ ਰਹੇ, ਹੋਟਲ ਬੁਕਿੰਗ ਕਰਾ ਲਈ ਹੈ, ਤੁਸੀਂ ਆਈਟਨਰੀ ਬਣਾ ਲਈ ਹੈ, ਉਹ ਫਟਾਫਟ ਕਿਉਂਕਿ ਜੇ ਜਿੰਨਾ ਤੁਸੀਂ ਇਸ਼ਤਿਹਾਰਬਾਜ਼ੀ ਜ਼ਿਆਦਾ ਕਰੋਗੇ ਤਾਂ ਤੁਹਾਡੇ ਕੋਲ ਫਾਈਲ ਜ਼ਿਆਦਾ ਆਉਣੀ ਹੈ,
ਫਿਰ ਉਹਨਾਂ ਨੂੰ ਇੱਕ ਅਨਐਕਸਪੀਰੀਅੰਸ ਕੁੜੀਆਂ ਬਣਾ ਦੀਆਂ ਜਾਂ ਐਪਲੀਕੈਂਟ ਬਣਾਉਂਦੇ ਜਿਹੜੇ ਬੰਦੇ, ਅਤੇ ਉਹ ਉਹਨਾਂ ਨੂੰ ਪਤਾ ਹੀ ਨਹੀਂ ਵੀਜ਼ਾ ਰੂਲਸ ਕੀ ਹੈਗੇ ਆ, ਤਾਂ ਰਿਫਿਊਜ਼ਲ ਰੇਟ ਤਾਂ ਹੁਣੇ ਹੋਣਾ। ਮਤਲਬ ਕੋਈ ਕੰਟਰੀ ਇਹ ਨਹੀਂ ਕਹਿੰਦੀ ਕਿ ਸਾਡੇ ਇੱਥੇ ਵੋਕੇਸ਼ਨਸ ਬਣਾਉਣ ਆ ਜਾਓ, ਜਾਂ ਸਾਡਾ ਕੈਨੇਡਾ ਡੇ ਆ ਜਾਂ USA ਦਾ ਕੋਈ ਸਪੈਸ਼ਲ ਡੇ ਹੈ, ਇੱਦਾਂ ਦੀ ਕੋਈ ਡੇਜ਼ ਨਹੀਂ ਹੈ। ਨਹੀਂ, ਇਹ ਡੇ ਹੈਗੇ ਆ, ਸਾਰਿਆਂ ਨੂੰ ਕਹਿੰਦੇ ਆ ਉਹ ਆਓ ਸਾਡੇ ਕੋਲ, ਸਭ ਕੁਝ ਜਾਂਦੇ ਹਾਂ, ਅਸੀਂ ਵੀ ਜਾਂਦੇ ਹਾਂ, ਸਾਡੇ ਵੀ ਕੰਟਰੀ 'ਚ ਟੂਰਿਸਟ ਆਉਂਦਾ, ਟੂਰਿਸਟ ਨੂੰ ਕੌਣ ਕੰਟਰੀ ਨਹੀਂ ਇਨਵਾਈਟ ਕਰਦਾ ਗਾ, ਸਪੈਸ਼ਲ ਅਟ੍ਰੈਕਸ਼ਨ ਸਰ ਏਜੰਸੀਆਂ ਜਿਵੇਂ ਉਹ ਸਭ ਨੂੰ ਕਰਦੇ ਆ। ਅਤੇ ਪ੍ਰੋਬਲਮ ਉਹ ਕਹਿੰਦੇ ਨਾ, ਉਹਨਾਂ ਦੇ ਮੇਨ ਤੁਸੀਂ ਮੋਟਿਵ ਸਮਝੋ, ਮੋਟਿਵ ਕੀ ਹੈ ਕਿ ਤੁਸੀਂ ਵੀਜ਼ਾ ਡੈਫੀਨੇਸ਼ਨ ਨੂੰ ਕਿਵੇਂ ਅਸੈਸ ਕਰ ਰਹੇ ਹੋ। ਜੇ ਤੁਸੀਂ ਵੀਜ਼ਾ ਡੈਫੀਨੇਸ਼ਨ ਹੀ ਨਹੀਂ ਸਮਝ ਰਹੇ ਤਾਂ ਤੁਸੀਂ ਵੀਜ਼ਾ ਨੂੰ ਅਪਲਾਈ ਕਿਵੇਂ ਕਰੋਗੇ? ਹੈ ਤੁਸੀਂ ਪੇਸ਼ੈਂਟ ਹੋ ਤਾਂ ਤੁਸੀਂ ਕਹਿੰਦੇ ਮੈਂ ਤਾਂ ਜੀ ਕੈਨੇਡਾ ਡੇ ਮਨਾ ਚੱਲੇ ਹਾਂ। ਜੇ ਤੁਸੀਂ ਜਨਰਲ ਵਿਜ਼ਿਟਰ ਹੋ, ਜੇ ਤੁਸੀਂ ਕੈਨੇਡਾ ਡੇ ਮਨਾ ਜਾਣਾ ਜਾਂ ਤੁਸੀਂ ਕੋਈ ਵੀ ਉੱਥੇ ਕੋਈ ਐਕਟੀਵਿਟੀ ਕਰਨ ਜਾਣਾ, ਕਿਤੇ ਕੁਛ ਆਪਣਾ ਵਕੇਸ਼ਨਸ 'ਤੇ ਜਾਣਾ, ਤਾਂ ਤੁਸੀਂ ਫਿਰ ਟਰੈਵਲ ਹਿਸਟਰੀ ਤਾਂ ਦਿਖਾਉਣੀ ਪੈਗੀ ਨਾ, ਉਹਦੇ 'ਚ ਤੁਹਾਨੂੰ ਪ੍ਰੋਪਰ ਫੰਡਿੰਗ ਹੋਣੀ ਚਾਹੀਦੀ, ਸਭ ਕੁਛ ਹੋਣਾ ਚਾਹੀਦਾ। ਇਸ 'ਚ ਕਈ ਤਰ੍ਹਾਂ ਦਾ ਡਾਕੂਮੈਂਟੇਸ਼ਨ ਨੂੰ ਦੇਖਿਆ ਜਾਂਦਾ ਕਿਸ ਤਰੀਕੇ ਨਾਲ, ਕਿਉਂਕਿ ਸਭ ਤੋਂ ਬੇਸਿਕ ਪ੍ਰਾਈਮ ਰੂਲ ਕੀ ਹੈ ਇਹਦੇ 'ਚ ਕਿ ਵੀਜ਼ਾ ਆਫਿਸਰ ਨੂੰ ਤੁਸੀਂ ਇਹ ਜਸਟੀਫਾਈ ਕਰਾਉਣਾ ਕਿ ਮੇਰੀ ਜਿਹੜੀ ਟਰੈਵਲ ਪਲਾਨ ਹੈ ਉਹ ਇੱਕ ਜਸਟੀਫਾਈਏਬਲ ਹੈ, ਮੈਂ ਇਹ ਟਰੈਵਲ ਪਲਾਨ ਨੂੰ ਖਤਮ ਕਰਕੇ ਆਪਣੇ ਕੰਟਰੀ ਦੇ ਵਿੱਚ ਵਾਪਸ ਆਵਾਂਗਾ। ਸਭ ਤੋਂ ਮੇਨ ਜਿਹੜਾ ਇਹਦਾ ਇਹ ਚੀਜ਼ ਹੈਗੀ ਆ। ਸੋ ਇਹ ਬੜਾ ਇੱਕ ਵਾਸਟ ਫੀਲ ਹੈਗਾ। ਬਹੁਤ ਹੀ ਵਧੀਆ ਤਰੀਕੇ ਨਾਲ ਸਰ ਨੇ ਸਾਨੂੰ ਸਮਝਾਇਆ ਕਿ ਵਿਜ਼ਿਟਰ ਵੀਜ਼ਾ ਐਕਚੁਅਲੀ ਕੀ ਹੈ। ਬਹੁਤ ਰਿਊਮਰਸ ਹੈ, ਮਿਥਸ ਹੈ ਲੋਕਾਂ ਦੇ ਅੰਦਰ, ਮਿਸਅੰਡਰਸਟੈਂਡਿੰਗਸ ਏਜੰਟਸ ਦੇ ਪਾਈਆਂ ਹੋਈਆਂ ਨੇ, ਅਤੇ ਇਸ ਲਈ ਮੈਂ ਸਰ ਨੂੰ ਬਹੁਤ ਬਹੁਤ ਥੈਂਕਸ ਕਰਨਾ ਚਾਹੂੰਗੀ। ਥੈਂਕ ਯੂ ਸੋ ਮਚ ਸਰ।